ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਵੈਦ ਲੇਪਾਲ ਸਿੰਘ ਅੱਜ ਆਪਾਂ ਗੱਲਬਾਤ ਕਰਾਂਗੇ ਖਾਣਾ ਖਾਣ ਤੋਂ ਬਾਅਦ ਪੇਟ ਭਾਰੀ ਰਹਿਣਾ ਐਸਿਡ ਬਨਣਾ ਕਬਜ ਰਹਿਣੀ ਸਿਰ ਦਰਦ ਹੋਣਾ ਇਸ ਵਿਸ਼ੇ ਤੇ ਆਪਾਂ ਜੀ ਗੱਲਬਾਤ ਕਰਾਂਗੇ ਜੇ ਕਿਸੇ ਨੂੰ ਸਮੱਸਿਆ ਹੈ ਤਾਂ ਉਸ ਉਹ ਵੀਰ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਿਆ ਜੀ ਦੇਖਿਆ ਜੀ ਤੇ ਮੇਰੇ 채ਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਿਉਂਕਿ ਸਬਸਕ੍ਰਾਈਬ ਕਰਦੇ ਕੋਈ ਜੋਰ ਨਹੀਂ ਲੱਗਦਾ ਸਿਰਫ ਇੱਕ ਬਟਨ ਹੀ ਦਬਾਉਣਾ ਹੈ ਆਪਾਂ ਅੱਪ ਇਸ ਵਿੱਚ ਤੇ ਗੱਲਬਾਤ ਕਰਦੇ ਹਾਂ ਪੇਟ ਵਿੱਚ ਖਾਣਾ ਖਾਣ ਤੋਂ ਬਾਅਦ ਭਾਰੀਪਨ ਐਸਿਡ ਬਾਨਾ ਤੇ ਯਾਬਾਨਾ ਕਾਜੀ ਵਿੱਚ ਕਹਿੰਦੇ ਹਨ ਸਿਰਦਰਦ ਹੋਣਾ ਪੇਟ ਦਰਦ ਹੋਣਾ ਇਸ ਹੋਣ ਦੇ ਨਾਲ ਆਪਾਂ ਕਿਹੜੀ ਦਵਾਈ ਦਾ ਇਸਤੇਮਾਲ ਕਰੀਏ ਕਿ ਇਸ ਸਮੱਸਿਆ ਆਪਾਂ ਨੂੰ ਆਵੇ ਹੀ ਨਾ ਕਦੇ ਵੀ ਨਾ ਆਵੇ ਹਮੇਸ਼ਾ ਹੀ ਨਾ ਆਵੇ ਠੀਕ ਹੈ ਨਾ ਆਓ ਆਪਾਂ ਇਸ ਵਿੱਚ ਤੇ ਗੱਲਬਾਤ ਕਰਦੇ ਆਂ ਆਪਾਂ ਕੀ ਲੈਣਾ ਹੈ 50 ਗ੍ਰਾਮ ਸੌਂਫ ਹਰੀ ਵਾਲੀ 50 ਗ੍ਰਾਮ ਸੁੰਡ 50 ਗ੍ਰਾਮ ਅਜਵਾਇਨ ਦੇਸੀ 30 ਗ੍ਰਾਮ ਸੇਹ ਦਾ ਨਮਕ ਤੇ ਗੁੜ ਇੰਨਾ ਕੋ ਕਿ ਜਿਸ ਨਾਲ ਗੋਲੀਆਂ ਬੱਟੀਆਂ ਜਾਣ ਇੰਨਾ ਕਪੋਣਾ ਹੈ 40-50 ਗ੍ਰਾਮ ਤੁਸੀਂ ਗੁੜ ਵੀ ਪਾ ਸਕਦੇ ਹੋ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਕੁੱਟ ਕੇ ਛਾਲ ਲੈਣਾ ਹੈ ਇਸ ਪਹਿਲਾਂ ਕਿ ਸੌਫ ਨੂੰ ਕੁੱਟ ਕੇ ਪੀਸ ਕੇ ਜਿੰਨਾ ਕੋਲੇ ਮਿਕਸੀ ਹੈਵ ਮਿਕਸੀ ਵਿੱਚ ਕਰ ਸਕਦੇ ਹੋ ਜਿੰਨੀ ਤੱਕ ਕੁੰਡੇ ਕੁੱਟ ਵਿੱਚ ਕਰ ਸਕਦੇ ਹੋ ਡੌੜੀ ਡੰਡੇ ਵਿੱਚ ਕਰ ਸਕਦੇ ਹੋ ਇਹਨੂੰ ਕੁੱਟ ਪੀਸ ਕੇ ਦਾ ਪਾਊਡਰ ਬਣਾ ਕੇ ਮਿਕਸ ਅਪ ਕਰ ਲੈਣਾ ਸਾਰਿਆਂ ਨੂੰ ਮਿਕਸ ਅਪ ਕਰਕੇ ਕਰਨ ਤੋਂ ਬਾਅਦ ਇਹਦੇ ਵਿੱਚ ਗੁੜ ਮਿਲਾ ਲੈਣਾ ਹੈ ਗੋੜ ਮਿਲਾ ਕੇ ਚੰਗੀ ਤਰ੍ਹਾਂ ਢਗੜਾਈ ਕਰਨੀ ਹੈ ਤਾਂ ਕਿ ਇਹਨਾਂ ਗੋਲੀਆਂ ਆਸਾਨੀ ਨਾਲ ਬਣ ਸਕਣ। ਗੋਲੀਆਂ ਇਹਦੀਆਂ ਤੁਸੀਂ ਕਾਖੜੇ ਬੇਰ ਜਿੱਡੀਆਂ ਜਿੱਡੀਆਂ ਬਣਾਉਣੀਆਂ ਹਨ। ਖਾਣਾ ਖਾਣ ਤੋਂ ਤੁਰੰਤ ਬਾਅਦ 4-5 ਗੋਲੀਆਂ ਤੁਸੀਂ ਚੁਸਣੀਆਂ ਹਨ। ਜੇ ਕੋਈ ਵੀਰ ਸ਼ੂਗਰ ਦਾ ਮਰੀਜ਼ ਹੈ ਤਾਂ ਉਹ ਗੁੜ ਨਾ ਪਾਵੇ, ਉਹ ਸਿਰਫ ਇਸ ਨੂੰ ਪਾਊਡਰ ਹੀ ਰੱਖ ਲਵੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਦੀਆਂ ਗੋਲੀਆਂ ਬਣਾ ਸਕਦੇ ਹੋ, ਨਹੀਂ। ਤਾਂ ਤੁਸੀਂ ਪਾਊਡਰ ਵੀ ਥੋੜੇ ਜਿਹਾ ਪਾਣੀ ਦੇ ਨਾਲ ਲੈ ਸਕਦੇ ਹੋ ਇੱਕ ਚਮਚ ਇਹਦੇ ਪਾਊਡਰ ਦੇ ਵਿੱਚੋਂ ਅੱਧੇ ਗਲਾਸ ਪਾਣੀ ਦੇ ਨਾਲ ਲੈ ਕੇ ਤੇ ਲੈ ਸਕਦੇ ਹੋ ਤੇ ਇਸ ਨਾਲ ਕੀ ਹੋਵੇਗਾ ਕਿ ਤੁਹਾਡਾ ਖਾਧਾ ਪੀਤਾ ਪਚੇਗਾ ਗੈਸ ਨਹੀਂ ਬਣੇਗੀ ਕਬਜ ਦੀ ਜਕਤ ਨਹੀਂ ਰਹੇਗੀ ਸਿਰ ਦਰਦ ਨਹੀਂ ਰਹੇਗਾ ਪੇਟ ਦਰਦ ਨਹੀਂ ਹੋਵੇਗਾ ਇਹ ਤਾਂ ਹੈ ਦਵਾਈ ਤੇ ਪਰਹੇਜ਼ ਆਪਾਂ ਕੀ ਰੱਖਣਾ ਹੈ ਕਿ ਇਹ ਬਿਮਾਰੀ ਆਪਾਂ ਨੂੰ ਲੱਗੀ ਨਾ ਜੋ ਕਿ ਜਦੋਂ ਲਿਵਰ ਦੇ ਵਿੱਚ ਤਿਜਾਬ ਬਣਦਾ ਹੈ ਐਸਿਡ ਬਣਦਾ ਹੈ ਤਾਂ ਉਹ ਐਸਿਡ ਜਿੰਨਾ ਜਿੰਨਾ ਅੰਗਾਂ ਵਿੱਚ ਦੀ ਹੋ ਕੇ ਪਿਸ਼ਾਬ ਦੇ ਰਸਤੇ ਬਾਹਰ ਨਿਕਲਦਾ ਹੈ ਤਾਂ ਉਹਨਾਂ ਅੰਗਾਂ ਨੂੰ ਖਰਾਬ ਕਰਦਾ ਜਾਂਦਾ ਹੈ ਤੇ ਜੇ ਕਵਜ ਰਿੰਦੀ ਹੈ ਤੇ ਸਮਝ ਲਓ ਕਿ 80 85 ਬਿਮਾਰੀਆਂ ਬਿਨ ਬਲਾਏ ਆ ਗਈਆਂ ਤੁਹਾਡੇ ਕੋਲੇ ਇਸ ਕਰਕੇ ਕਵਜ ਪੀੜ ਦੇ ਵਿੱਚ ਨਹੀਂ ਰਹਿੰਦੇ ਨਹੀਂ ਖਾਣਾ ਖਾ ਲਗੇ ਇਹ ਸਾਵਧਾਨੀਆਂ ਆ ਜਿਹੜੀਆਂ ਵਰਤਣੀਆਂ ਹਨ ਖਾਣਾ ਖਾਣ ਲੱਗੇ ਕਦੇ ਵੀ ਨਾਲ ਪਾਣੀ ਜਾਂ ਲੱਸੀ ਜਾਂ ਦੁੱਧ ਨਹੀਂ ਪੀਣਾ ਪਾਣੀ ਲੱਸੀ ਦੁੱਧ ਪੀਣ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਆਪਣੇ ਲਿਵਰ ਦੇ ਵਿੱਚ ਥੁੱਕ ਪਿਆ ਹੈ ਸਲਾਈਵਾ ਪਿਆ ਹੈ ਜਿਹਨੇ ਖਾਦੇ ਪੀਤੇ ਨੂੰ ਪਚਾਉਣਾ ਹੈ ਉਹ ਬਹੁਤ ਜ਼ਿਆਦਾ ਪਤਲਾ ਹੋ ਜਾਂਦਾ ਹੈ ਪਤਲਾ ਹੋਣ ਕਰਕੇ ਫਿਰ ਖਾਦਾ ਪੀਤਾ ਠੀਕ ਤਰੀਕੇ ਨਾਲ ਪਚਦਾ ਨਹੀਂ ਤੇ ਉਥੇ ਐਸਿਡ ਬਣਦਾ ਹੈ ਇਹ ਥੁੱਕ ਨੇ ਹੀ ਖਾਦੇ ਪੀਤੇ ਨੂੰ ਪਚਾਉਣਾ ਹੁੰਦਾ ਹੈ ਤੁਸੀਂ ਇਹ ਨਾਲ ਚਾਹ ਆਵ ਨਾਲ ਆਦੀ ਪਾਣੀ ਲੱਸੀ ਦੁੱਧ ਪੀ ਕੇ ਤੇ ਉਹ ਖਾਦੇ ਆਪਣਾ ਸਲੇਵਾ ਨੂੰ ਪਤਲਾ ਕਰ ਲੈਂਦੇ ਹੋ ਤੇ ਪਤਲਾ ਸਲੇਵਾ ਕਿ ਠੀਕ ਤਰੀਕੇ ਨਾਲ ਖਾਦੇ ਪੀਤੇ ਨੂੰ ਨਹੀਂ ਪਚਾ ਸਕਦਾ ਨਾਹਾ ਨਾ ਪਚਾਉਣ ਕਰਕੇ ਤੇ ਫਿਰ ਇਤਿਹਾਜ ਬੰਦਾ ਹੈ ਤੇ ਤੇਆ ਬੰਦਾ ਹੈ ਤੇ ਨਲਕਾ ਵੀ ਸ਼ਿਕਾਇਤ ਰਹਿੰਦੀ ਹੈ ਇਸ ਕਰਕੇ ਜੇ ਪਾਣੀ ਦੁੱਧ ਲੱਸੀ ਪੀਣੀ ਹੈ ਤਾਂ ਅੱਧਾ ਪੌਣਾ ਪੌਣਾ ਘੰਟਾ ਠਹਿਰ ਕੇ ਪਿਓ ਨਾਲ ਕਦੇ ਰੋਟੀ ਖਾਂਦੇ ਕਦੇ ਵੀ ਨਾਲ ਪਾਣੀ ਨਾ ਪਿਓ ਇੱਕ ਦੋ ਘੁੱਟਾ ਪੀ ਸਕਦੇ ਹੋ ਇਹ ਤੁਸੀਂ ਸਾਵਧਾਨੀਆਂ ਰੱਖਣੀਆਂ ਹਨ ਤੇ ਇਹ ਦਵਾਈ ਇਹ ਚੂਨ ਤੁਸੀਂ ਬਣਾ ਕੇ ਘਰੇ ਰੱਖ ਲਵੋ ਬੱਚਿਆਂ ਦਾ ਵਿੱਚ ਪੇਟ ਦਰਦ ਹੁੰਦਾ ਹੈ ਤਾਂ ਬੱਚਿਆਂ ਨੂੰ ਤੁਸੀਂ ਇਹ ਦੇ ਸਕਦੇ ਹੋ ਇਸ ਦਵਾਈ ਦਾ ਇਸ ਚੂਨ ਦਾ ਤੁਸੀਂ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਕਦੇ ਵੀ ਐਸਿਡ ਵਾਲੀਆਂ ਗੋਲੀਆਂ ਜਾਂ ਐਸਿਡ ਵਾਲੇ ਕੈਪਸੂਲ ਜੇ ਤੁਸੀਂ ਖਾਲੀ ਪੇਟ ਲੈਂਦੇ ਹੋ ਨਹੀਂ ਲੈਣੇ ਪੈਣਗੇ ਇਹ ਟੋਲਾ ਹਮੇਸ਼ਾ ਹਮੇਸ਼ਾ ਵਾਤੇ ਖੇੜਾ ਛੁੱਟ ਜਾਏਗਾ ਜਿਹੜੀਆਂ ਇਤਿਜਾਬ ਦੀਆਂ ਗੋਲੀਆਂ ਜਾਂ ਇਤਿਜਾਬ ਦੇ ਕੈਪਸੂਲ ਤੁਸੀਂ ਖਾਂਦੇ ਹੋ ਜਾਂ ਸਰਦਰਦੀਆਂ ਕਾਜ ਤੋਂ ਤੁਸੀਂ ਦਵਾਈਆਂ ਖਾਂਦੇ ਹੋ ਉਸ ਤੋਂ ਵੀ ਇਹ ਖੜਾ ਛੁੱਟ ਜਾਏਗਾ ਇਹ ਗਰੰਟੀ ਹੈ ਇਹ ਬਹੁਤ ਸੌਖਾ ਤੇ ਆਸਾਨ ਤਰੀਕਾ ਹੈ ਤੇ ਬਹੁਤ ਹੀ ਸੌਖਾ ਨੁਸਖਾ ਹੈ ਇੱਕ ਸਾਰੀਆਂ ਚੀਜ਼ਾਂ ਆਪਣੇ ਘਰ ਵਿੱਚ ਮੌਜੂਦ ਹੁੰਦੀਆਂ ਹਨ ਲੇਕਿਨ ਗੱਲ ਹੈ ਕਿ ਆਪਾਂ ਥੋੜਾ ਜਿਹਾ ਉਦਮ ਨਹੀਂ ਕਰਦੇ ਉਦਮ ਕਰਨ ਦੀ ਲੋੜ ਹੈ ਥੋੜੀ ਜਿਹੀ ਮਿਹਨਤ ਕੋਈ 10-15 ਮਿੰਟ ਲੱਗਣਗੇ ਤੇ ਇਹ 10-15 ਮਿੰਟ ਦੇ ਵਿੱਚ ਤੁਸੀਂ ਇਸ ਦਵਾਈ ਨੂੰ ਇਸ ਨੁਸਖੇ ਨੂੰ ਇਸ ਪਾਊਡਰ ਨੂੰ ਬਣਾ ਕੇ ਘਰੇ ਰੱਖ ਸਕਦੇ ਹੋ ਤੇ ਇਹ ਗੋਲੀਆਂ ਜਿਹੜੀਆਂ ਤੁਸੀਂ ਬਣਾਉਂਗੇ ਇਹ ਤੁਸੀਂ ਕਿਸੇ ਵੀ ਇਹ ਨਿੱਕੇ ਖਾਣਾ ਖਾਣ ਤੋਂ ਬਾਅਦ ਹੀ ਚूसਣੀਆਂ ਹਨ ਤੁਸੀਂ ਕਦੋਂ ਵੀ ਕਿਸੇ ਵੀ ਵਕਤ ਇਹਨਾਂ ਨੂੰ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਡੀ ਪੇਟ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਦਵਾਈ ਨੂੰ ਬਣਾ ਕੇ ਆਪਣੇ ਘਰੇ ਰੱਖੋ ਤੇ ਲਾਭ اٹھਾਓ ਬਹਿਰੂਜੀ ਦਾ ਖਰ사 ਬਹਿਰੂਜੀ ਕੀ